ਬੜਾ ਅਜੀਬ ਲੱਗਦਾ ਜੀ। ਕੀ ਗੱਲ ਹੋਈ ਹੈ ਜੀ? ਇਹ ਤਾਂ ਜੀ ਬੇਟਾ ਸਾਡੇ ਕੁਦਰਤੀ ਖੇਲ ਰਿਹਾ ਸੀਗਾ ਜੀ ਕੋਠੇ 'ਤੇ, ਖੇਲਣ ਨਾਲੇ ਜਦ ਇਹ ਕੋਠੇ ਤੋਂ ਅਚਾਨ ਕੇ ਬੱਚਿਆਂ ਨੇ ਕਿਹਾ ਦੱਸਿਆ ਸਾਨੂੰ ਵੀ ਐਂ ਕਰਕੇ ਗੱਲ ਆ ਵੀ ਇਹ ਡਿੱਗ ਗਿਆ ਜਾਂ ਰੱਬ ਜਾਣੇ ਕੀ ਹੋ ਗਿਆ ਵੀ ਇਹ 5-7 ਮਿੰਟ ਦੇ ਵਿੱਚ ਪੂਰਾ ਪੂਰਾ ਹੋ ਗਿਆ। ਨਾ ਜੀ ਕੱਲ੍ਹ ਦੀ ਗੱਲ ਹੈ ਜੀ। ਹਾਂਜੀ ਇਹ ਤਾਂ ਖੇਡ ਏ ਰਿਹਾ ਸੀਗਾ ਜੀ, ਪਟਾਕੇ ਪਟੂਕੇ ਚਲਾ ਰਿਹਾ ਸੀਗਾ ਜੀ। ਕਿੰਨੇ ਭੈਣ ਭਾਈ ਸੀਗੇ? ਇਹ 3 ਭੈਣ ਭਾਈ ਨੇ ਜੀ। ਕਿਹੜੀ ਕਲਾਸ ਪੜ੍ਹਦਾ ਸੀ? ਇਹ 5ਵੀਂ 'ਚ ਪੜ੍ਹਦਾ ਸੀਗਾ ਜੀ, ਸੈਕਰਡ ਹਾਰਟ ਸਕੂਲ 'ਚ ਪੜ੍ਹਦਾ ਸੀਗਾ ਜੀ। ਇਹ ਤਾਂ ਜੀ ਬੇਟਾ ਸਾਡੇ ਕੁਦਰਤੀ ਖੇਲ ਰਿਹਾ ਸੀਗਾ ਜੀ ਕੋਠੇ 'ਤੇ, ਖੇਲਣ ਨਾਲੇ ਜਦ ਇਹ ਕੋਠੇ ਤੋਂ ਅਚਾਨ ਕੇ ਬੱਚਿਆਂ ਨੇ ਕਿਹਾ ਦੱਸਿਆ ਸਾਨੂੰ ਵੀ ਐਂ ਕਰਕੇ ਗੱਲ ਆ ਵੀ ਇਹ ਡਿੱਗ ਗਿਆ ਜਾਂ ਰੱਬ ਜਾਣੇ ਕੀ ਹੋ ਗਿਆ ਵੀ ਇਹ 5-7 ਮਿੰਟ ਦੇ ਵਿੱਚ ਪੂਰਾ ਪੂਰਾ ਹੋ ਗਿਆ। ਨਾ ਜੀ ਕੱਲ੍ਹ ਦੀ ਗੱਲ ਹੈ ਜੀ। ਹਾਂਜੀ ਇਹ ਤਾਂ ਖੇਡ ਏ ਰਿਹਾ ਸੀਗਾ ਜੀ, ਪਟਾਕੇ ਪਟੂਕੇ ਚਲਾ ਰਿਹਾ ਸੀਗਾ ਜੀ। ਕਿੰਨੇ ਭੈਣ ਭਾਈ ਸੀਗੇ? 3 ਭੈਣ ਭਾਈ ਨੇ ਜੀ। ਕਿਹੜੀ ਕਲਾਸ ਪੜ੍ਹਦਾ ਸੀ? ਇਹ 5ਵੀਂ 'ਚ ਪੜ੍ਹਦਾ ਸੀਗਾ ਜੀ, ਸੈਕਰਡ ਹਾਰਟ ਸਕੂਲ 'ਚ ਪੜ੍ਹਦਾ ਸੀ। ਇਹ ਤਾਂ ਜੀ ਬੇਟਾ ਸਾਡੇ ਕੁਦਰਤੀ ਖੇਲ ਰਿਹਾ ਸੀਗਾ ਜੀ ਕੋਠੇ 'ਤੇ, ਖੇਲਣ ਨਾਲੇ ਜਦ ਇਹ ਕੋਠੇ ਤੋਂ ਅਚਾਨ ਕੇ ਬੱਚਿਆਂ ਨੇ ਕਿਹਾ ਦੱਸਿਆ ਸਾਨੂੰ ਵੀ ਐਂ ਕਰਕੇ ਗੱਲ ਆ ਵੀ ਇਹ ਡਿੱਗ ਗਿਆ ਜਾਂ ਰੱਬ ਜਾਣੇ ਕੀ ਹੋ ਗਿਆ ਵੀ ਇਹ 5-7 ਮਿੰਟ ਦੇ ਵਿੱਚ ਪੂਰਾ ਪੂਰਾ ਹੋ ਗਿਆ। ਨਾ ਜੀ ਕੱਲ੍ਹ ਦੀ ਗੱਲ ਹੈ ਜੀ। ਹਾਂਜੀ ਇਹ ਤਾਂ ਖੇਡ ਏ ਰਿਹਾ ਸੀਗਾ ਜੀ, ਪਟਾਕੇ ਪਟੂਕੇ ਚਲਾ ਰਿਹਾ ਸੀਗਾ ਜੀ। ਕਿੰਨੇ ਭੈਣ ਭਾਈ ਸੀਗੇ? ਇਹ 3 ਭੈਣ ਭਾਈ ਨੇ ਜੀ। ਕਿਹੜੀ ਕਲਾਸ ਪੜ੍ਹਦਾ ਸੀ? ਇਹ 5ਵੀਂ 'ਚ ਪੜ੍ਹਦਾ ਸੀਗਾ ਜੀ, ਸੈਕਰਡ ਹਾਰਟ ਸਕੂਲ 'ਚ ਪੜ੍ਹਦਾ ਸੀਗਾ ਜੀ।